ਹੈਲੋ ਕਿੱਦਾਂ ਜੀ ਸਾਰੇ ਅਸੀਂ ਆਪਣੇ ਘਰ ਨੂੰ ਬਾਏ ਬਾਏ ਕਰ ਚੰਦੇ ਆ ਇੱਕ ਮਹੀਨੇ ਲਈ ਬਾਏ ਬਾਏ ਇੱਕ ਮਹੀਨੇ ਲਈ ਬਾਏ ਬਾਏ ਕਰ ਚੰਦੇ ਚਲੋ ਠੀਕ ਆ ਭਾਈ ਓਕੇ ਜਨਾਬ ਓਕੇ ਜੱਫੀਆਂ ਘੁੱਟ ਘੁੱਟ ਕੇ ਪਾ ਲਓ ਧਿਆਨ ਰੱਖਿਓ ਘਰ ਦਾ ਠੀਕ ਆ ਓਕੇ ਭਾਈ ਬਾਏ 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 ਕਰ ਦੋ ਬਾਏ ਬਾਏ ਹਾਂਜੀ ਮਿੱਤਰੋ ਜਰਨੀ ਹੋ ਗਈ ਸ਼ੁਰੂ ਤੇ ਮਾਸੀ ਦਾ ਮੁੰਡਾ ਮਾਸੀ ਦੇ ਮੁੰਡੇ ਨੂੰ ਛੱਡਣ ਜਾ ਰਿਹਾ ਹੈ ਯਿੱਪੀ ਰੱਬ ਹਾਂ ਹੈਲੋ ਹਾਈ ਕਰਦੇ ਸਾਰੇ ਹੈਲੋ ਹਾਈ ਕਰਦੇ ਸਾਰਿਆਂ ਨੂੰ ਤੇ ਤੁਹਾਨੂੰ ਹੁਣ ਆਪਾਂ ਜਰਨੀ ਦਿਖਾਵਾਂਗੇ ਮੇਰੀ ਮਾਸੀ ਦਾ ਮੁੰਡਾ ਆਪਣੀ ਮਾਸੀ ਦੇ ਮੁੰਡੇ ਨੂੰ ਛੱਡਣ ਜਾਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦਾ ਬੈਲਟ ਲਾ ਲਈਏ ਹਜੇ ਇੰਡੀਆ ਨਹੀਂ ਪਹੁੰਚੇ ਆਪਾਂ ਤੇ ਚਲਾਨ ਹੋ ਜਾਂਦਾ ਤੇ ਆਪਣਾ ਕੀ ਕਹਿੰਦਾ ਗਾਈ ਮੈਂ ਪਰਚੀ ਆਪਾਂ ਨਹੀਂ ਪੈਂਦੀ ਤੇ ਤੁਸੀਂ ਮੇਰੀ ਪੁਰਾਣੀ ਵੀਡੀਓ ਨੂੰ ਬਹੁਤ ਪਿਆਰ ਕੀਤਾ ਜਿਹੜੇ ਮੈਂ 2-3 ਸਾਲ ਪਹਿਲਾਂ ਗਿਆ ਸੀ ਜਦੋਂ ਮੈਂ ਤੇ ਬਸ ਆਪਾਂ ਹੁਣ ਉੱਥੋਂ ਤਾਂ ਦੀ ਵੀਡੀਓ ਬਣਾਉਣੀ ਆ ਤੇ ਬਹੁਤ ਸਰਪ੍ਰਾਈਜ਼ ਆ ਤੇ ਬਾਪੂ ਦਾ ਜਨਮ ਦਿਨ ਆ 26 ਜਨਵਰੀ ਨਾਲੇ ਪ੍ਰਭ ਦਾ ਵੀ ਜਨਮ ਦਿਨ ਆ 26 ਜਨਵਰੀ ਤੇ ਕਰਦਾ ਵੀ ਸਰਪ੍ਰਾਈਜ਼ ਦੇਵਾਂਗੇ ਸਾਰਿਆਂ ਨੂੰ ਹੋਰ ਅੱਧਾ ਘੰਟਾ ਵਾ ਬਸ ਥੋੜ੍ਹਾ ਜਿਹਾ ਅੱਧਾ ਘੰਟਾ ਵਾ ਹੋਰ ਫਿਰ ਆਪਾਂ ਆਪਣੇ ਵਤਨਾਂ ਨੂੰ ਆਪਣਾ ਦੇਸ਼ 5 ਹਫ਼ਤੇ ਲਈ ਆਪਣੇ ਦੇਸ਼ 'ਚ ਜਾਵਾਂਗੇ ਰਵਾਂਗੇ ਅਤੇ ਇੰਜੋਏ ਕਰਾਂਗੇ ਜਿੰਨਾ ਹੋ ਸਕਦਾ ਠੀਕ ਆ ਜੀ ਤੁਹਾਨੂੰ ਮਿਲਦੇ ਤੁਹਾਨੂੰ ਆਪਾਂ ਹੁਣ ਜਹਾਜ਼ 'ਚ ਮਾੜਾ ਮੋਟਾ ਤੁਹਾਨੂੰ ਦਿਖਾਵਾਂਗੇ ਜਹਾਜ਼ ਦਾ ਨਜ਼ਾਰਾ ਫਿਰ ਆਪਾਂ ਜਾਵਾਂਗੇ ਚਾਈਨਾ ਏਅਰਪੋਰਟ 'ਤੇ ਚਾਈਨਾ ਲਓ ਜੀ ਆਪਾਂ ਪਹੁੰਚ ਗਏ ਹਾਂ ਜੀ ਚਾਈਨਾ ਅਤੇ ਤੁਸੀਂ ਸੋਚ ਰਹੇ ਹੋਗੇ ਕਿ ਅਸੀਂ ਮੂੰਹ ਕੋ ਬੰਨੇ ਹਾਂ ਅਸੀਂ ਇਕੱਲਿਆਂ ਦੇ ਨਹੀਂ ਬੰਨੇ ਸਾਰਿਆਂ ਦੇ ਬੰਨੇ ਇੱਥੇ ਕਿਉਂਕਿ ਇੱਥੇ ਕੋਈ ਵਾਇਰਸ ਜਾਂ ਫੈਲਿਆ ਵਾ ਅਤੇ ਕਹਿੰਦੇ ਆ ਵੀ ਖਤਰਨਾਕ ਵਾਇਰਸ ਆ ਮਤਲਬ ਵੀ ਥੋੜ੍ਹਾ ਧਿਆਨ ਨਹੀਂ ਚਾਈਨਾ 'ਚ ਕੁਝ ਕੁ ਬੰਦਿਆਂ ਦੀ ਮਤਲਬ ਡੈਥ ਡੁੱਥ ਵੀ ਹੋ ਗਈ ਆ ਉਸ ਵਾਇਰਸ ਕਰਕੇ ਅਤੇ ਇਲਾਜ ਹਜੇ ਤੱਕ ਲੱਭਿਆ ਨਹੀਂ ਉਹਨਾਂ ਨੂੰ ਲੱਭਦੇ ਪਏ ਮਤਲਬ ਸੋ ਤਾਂ ਕਰਕੇ ਮਤਲਬ ਸਾਰਿਆਂ ਨੂੰ ਮਤਲਬ ਮੂੰਹ ਢੱਕੇ ਪਏ ਸਾਰਿਆਂ ਨੇ ਮੂੰਹ ਢੱਕੇ ਪਏ ਸੋ ਜੀ ਬਾਕੀ ਰੱਬ ਰਾਖਾ ਅਤੇ ਬਸ ਹੋਰ ਘੰਟੇ ਤੱਕ ਫਲਾਈਟ ਆ ਉਦੋਂ ਤੱਕ ਆਪਾਂ ਰੈਸਟ ਕਰਦੇ ਹਾਂ ਅਤੇ ਤੁਹਾਨੂੰ ਮਿਲਦੇ ਹਾਂ ਫਿਰ ਪਲੇਨ ਦੇ ਵਿੱਚ ਅਤੇ ਫਿਰ ਟੈਲੀ ਅਤੇ ਫਿਰ ਟੈਕਸੀ 'ਚ ਘਰ ਓ ਬਹੁਤ ਟਾਈਮ ਪਿਆ ਜੇ ਨਹੀਂ ਕੋਰੇ ਨਹੀਂ ਪ੍ਰਭ ਕੋਰੇ ਬੋਲ ਪਾ ਕੁਛ ਨਹੀਂ ਇੰਡੀਆ ਆ ਕੇ ਬੋਲਣਾ ਠੀਕ ਹੈ ਚਲੋ ਓਕੇ ਫਿਰ ਮਿਲਦੇ ਹਾਂ ਜੀ ਲਓ ਵੀ ਆਪਾਂ ਪਹੁੰਚ ਗਏ ਜੀ ਦਿੱਲੀ ਬਸ ਜਹਾਜ਼ ਲੈਂਡ ਕਰਨ ਵਾਲਾ ਹੈ ਅਤੇ ਕੰਨ ਬੰਦ ਹੋ ਗਏ ਕਹਿੰਦੇ ਕਹਿੰਦੇ ਕੰਨ ਬੰਦ ਹੁੰਦੇ ਜਦੋਂ ਜਹਾਜ਼ ਉੱਤਰਦਾ ਚੜ੍ਹਦਾ ਤੇਰੇ ਬੰਦ ਹੋਏ ਮੇਰੇ ਬਹੁਤ ਹੋ ਰਿਹਾ ਕਿਉਂਕਿ ਮੇਰਾ ਕੰਮ ਹੈ ਨਾ ਮੈਨੂੰ ਇਸ ਲਈ ਚਲੋ ਜੀ ਫਿਰ ਤੁਹਾਨੂੰ ਮਿਲਦੇ ਹਾਂ ਏਅਰਪੋਰਟ ਦੇ ਬਾਹਰ ਬਹੁਤ ਟਾਈਟ ਹੈ ਬਹੁਤ ਜ਼ਿਆਦਾ ਬਹੁਤ ਬਹੁਤ ਕਿੰਨਾ ਕੁ ਹਾਂ ਕੀ ਕਰਾਉਣ ਲੱਗੀ ਹੈ ਜਲੇਬੀਆਂ ਆਉਂਦੇ ਆਉਂਦੇ ਜਲੇਬੀਆਂ ਟੁੱਟ ਪਾਉਣ ਦੇ ਜਲੇਬੀਆਂ ਨੂੰ ਹੋਰ ਕੁਛ ਕੁਲਫੀ ਕਰਾਉਣੀ ਆਵੇ ਆਵੇ ਕੁਲਫੀ
ਜਲੇਬੀ 110 ਦੀ 110 ਨਾ ਵੀ ਇੱਕ 2 ਡਾਲਰਾਂ ਦੀ 110 ਦੀ ਨਹੀਂ 2 ਡਾਲਰਾਂ ਦੀ ਕਿੰਨੇ ਪੀਸ ਹੋਣਗੇ ਵੀ ਨਹੀਂ ਪਤਾ ਨਹੀਂ ਮੈਨੂੰ ਲੋ ਵੀ ਆਪਾਂ ਬੈਠੇ ਆ ਜੀ ਮਾਈਲਸ 70 ਮਾਈਲਸਟੋਨ ਟਾਪ ਐਂਡ ਰੈਸਟੋਰੈਂਟ ਟਾਈਮ ਕਿੰਨਾ ਹੋ ਗਿਆ ਹੈ ਟਾਈਮ ਕਿੰਨਾ ਆ ਫਲਾਈਟ ਲੁਧਿਆਣੇ ਨਹੀਂ ਪਹੁੰਚੇ ਫਲਾਈਟ ਲੇਟ ਹੋ ਗਈ ਐਕਚੁਲੀ ਫਲਾਈਟ ਹੋ ਗਈ ਸੀ ਆਪਣੀ ਲੇਟ ਅਤੇ ਇਸ ਲਈ 2-3 ਘੰਟੇ ਦਾ ਸਾਡਾ ਡਿਫਰੈਂਸ ਪੈ ਗਿਆ ਪਲੈਨ ਚੇਂਜ ਹੋ ਗਿਆ ਕੁਛ ਹੁਣ ਕਿਉਂਕਿ ਸਰਪ੍ਰਾਈਜ਼ ਇੱਕ ਤੁਹਾਡੇ ਲਈ ਵੀ ਆ ਤੁਹਾਨੂੰ ਤਾਂ ਲੱਗ ਗਿਆ ਨਾ ਪਤਾ ਹੋਣੇ ਗਾਹ ਵੀਡੀਓ 'ਚ ਚਲੋ ਹੁਣ ਰੋਟੀ ਰੋਟੀ ਖਾ ਲਈਏ ਭੁੱਖ ਲੱਗੀ ਆ ਅਤੇ ਮਿਲਦੇ ਹਾਂ ਤੁਹਾਨੂੰ ਲੁਧਿਆਣੇ ਮਿਲਦੇ ਹਾਂ ਤੁਹਾਨੂੰ ਠੀਕ ਹੈ ਜੀ ਚੰਗਾ ਫਿਰ ਓਕੇ ਆ ਗਏ ਆਪਾਂ ਸ਼ੋਅਰੂਮ 'ਚ ਯਾਮਾ ਵਾਲਿਆਂ ਦੇ ਸ਼ੋਅਰੂਮ 'ਚ ਸਰਪ੍ਰਾਈਜ਼ ਆਇਆ ਕੀਰਤਨ ਆ ਨਾ ਤਾਂ ਡਿਊਟੀ 'ਤੇ ਹੁੰਦੇ ਆਪਾਂ ਹੁਣ ਪਹੁੰਚ ਗਏ ਅੱਜ ਘਰ ਔਖੇ ਸੌਖੇ ਪਹੁੰਚੇ ਹਾਂ ਪੂਰੇ ਪੂਰੇ ਟਾਈਮ 'ਤੇ 12 ਵੱਜ ਗਏ ਆ 26 ਤਰੀਕ ਹੋ ਗਈ ਆ ਬਾਪੂ ਦਾ ਜਨਮ ਦਿਨ ਹੈਪੀ ਬਰਥਡੇ ਇਹਨੂੰ ਮੇਰੇ ਕੋਲ ਚਲੋ ਹੈਪੀ ਬਰਥਡੇ ਹੈਪੀ ਬਰਥਡੇ ਥੈਂਕ ਯੂ ਸਾਨੂੰ ਨਹੀਂ ਕਹਾਣੀ ਪਤਾ ਨਾ ਕੱਲਾ ਹੀ ਆਇਆ ਕੱਲਾ ਹੀ ਕੱਲਾ ਹੀ ਆਇਆ ਵੋਟੀ ਉੱਥੇ ਵੋਟੀ ਮਾਰੇ ਮਤ ਮਾੜੀ ਜੀ ਬਾਪੂ ਬਿਮਾਰ ਹੋ ਗਿਆ ਸਾਡਾ ਤੁਹਾਡੇ ਲਈ ਗਿਫਟ ਲਿਆਂਦਾ ਮੈਂ ਇੱਕ ਹੈ ਤੁਹਾਡੇ ਲਈ ਗਿਫਟ ਲਿਆਂਦਾ ਰਾਜੀ ਕਰ ਦੇਣਾ ਕਿ ਹੁਣ
ਚੰਨ ਦਿੱਲੀ ਤੋਂ ਚੰਦਨ ਆ ਜਾ ਹੁਣ ਨੀ ਆ ਜਾ ਪਿਛਲ ਜਾ ਮੰਮੀ ਡੈਡੀ ਆਏ ਨੇ ਉਹਨਾਂ ਨੂੰ ਪਤਾ ਨਹੀਂ ਆ ਕਿ ਆਪਾਂ ਆਲਰੇਡੀ ਪਹੁੰਚੇ ਹੋਏ ਹਾਂ ਕਿੱਦਾਂ ਹੋਰ ਵਧੀਆ ਹੈਂ ਤੈਨੂੰ ਪਤਾ ਕਿ ਆਪਾਂ ਆਏ ਹਾਂ ਤੈਨੂੰ ਦੱਸਿਆ ਨਹੀਂ ਜਾਣੇ ਓ ਜਾ ਦੱਸਿਆ ਨਹੀਂ ਤੈਨੂੰ ਆਪਾਂ ਤੁਹਾਨੂੰ ਵੀ ਫੋਨ ਕਰਨ ਲੱਗਿਆ ਸੀ ਅਤੇ ਕੀ ਪੁੱਛੀਏ ਵੀ ਕਿੱਦਾਂ ਕਿੱਥੇ ਪਹੁੰਚੇ ਕੀ ਹਿਸਾਬ ਮੈਂ ਪੌੜੀਆਂ ਚੜ੍ਹਨ ਲੱਗਾ ਸੀ ਫੋਨ ਕਰਿਓ ਗਿਆ ਅਤੇ ਉਹ ਤੁਹਾਨੂੰ ਵੇਖਿਆ ਵੀ ਛੇਤੀ ਅਤੇ ਮੈਂ ਲੁਕ ਜੀ ਛੇਤੀ ਆ ਗਏ ਸਾਢੇ ਬਾਰਾਂ ਬਾਰਾਂ ਸਵਾ ਬਾਰਾਂ ਪਹੁੰਚੇ ਆਪਾਂ ਮਿੱਤਰੋ ਬਾਪੂ ਹੋ ਗਿਆ ਕਾਇਮ ਆਪਣਾ 26 ਤਰੀਕ ਨੂੰ ਇਹ ਹੋਇਆ ਸੀ ਇੱਦਾਂ 25-26 ਨੂੰ ਜਿੱਦਣ ਮੈਂ ਆਇਆ ਸੀ ਉੱਦਣ ਤੋਂ ਇੱਕ ਦਿਨ ਪਹਿਲਾਂ ਅਤੇ ਅੱਜ 30 ਹੋ ਗਈ ਆ ਲੈ ਵੀ ਲਾ ਲਓ ਵੀ ਚੌਵਾਂ ਪੰਜਾਂ ਦਿਨਾਂ 'ਚ ਕੰਮ ਸੈੱਟ ਕਰਤਾ ਆਪਾਂ ਹੁਣ ਗੇੜੀ ਮਾਰਨੀ ਆ ਦੱਸਿਓ ਕਮੈਂਟ ਕਰਕੇ ਸਾਰਿਆਂ ਨੂੰ ਥੈਂਕ ਯੂ।